ਤਾਂ ਪੈਟਰੋਲ ਦੀ ਕਿੱਲਤ ਨੂੰ ਲੈ ਕੇ ਪੰਜਾਬ ਦੇ ਸੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਦੇ ਕੋਲ ਬਹੁਤ ਹੈ ਪੈਟਰੋਲ, ਘਬਰਾਉਣ ਦੀ ਲੋੜ ਨਹੀਂ ਹੈ, ਪੈਟਰੋਲ ਡੀਜ਼ਲ ਪੰਜਾਬ ਦੇ ਕੋਲ ਵਾਧੂ ਪਿਆ ਹੈ। ਤਾਂ ਦੱਸ ਦਈਏ ਕਿ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਲੋਕਾਂ ਨੂੰ ਸਰਕਾਰ ਨੇ। ਤਾਂ ਦੱਸ ਦਈਏ ਕਿ ਤੇਲ ਦੀ ਕਿੱਲਤ 'ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਤੇਲ ਦੇ ਸਟਾਕ 'ਤੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਤੇਲ ਦੀ ਕਮੀ ਨਹੀਂ ਹੈ ਪੰਜਾਬ ਦੇ ਕੋਲ, ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉੱਚ ਪੱਧਰੀ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ ਹੈ ਤੇਲ ਦਾ ਸਟਾਕ ਕਿ ਪੰਜਾਬ ਦੇ ਕੋਲ ਜਿਹੜਾ ਤੇਲ ਦਾ ਸਟਾਕ ਹੈ ਉਹ ਕਾਫੀ ਹੈ, ਲੋਕ ਘਬਰਾਉਣ ਨਾ, ਸੜਕਾਂ 'ਤੇ ਜਾਮ ਨਾ ਲਗਾਉਣ, ਪੈਟਰੋਲ ਪੰਪ 'ਤੇ ਜਾਮ ਨਾ ਲਗਾਉਣ। ਕਈ ਤੇਲ ਦੇ ਕੈਂਟਰ ਸਰਕਾਰ ਦੇ ਵੱਲੋਂ ਭੇਜ ਦਿੱਤੇ ਗਏ ਨੇ, ਕਈ ਪੈਟਰੋਲ ਪੰਪਾਂ 'ਤੇ ਪੁਲਿਸ ਦੀ ਨਿਗਰਾਨੀ ਦੇ ਹੇਠ ਕੈਂਟਰ ਪਹੁੰਚੇ ਨੇ। ਤਾਂ ਜਿਨ੍ਹਾਂ ਜਿਨ੍ਹਾਂ ਪੈਟਰੋਲ ਪੰਪਾਂ ਦੇ ਵਿੱਚ ਤੇਲ ਖਤਮ ਹੋ ਗਿਆ ਸੀ ਉੱਥੇ ਉੱਥੇ ਪੈਟਰੋਲ ਦੇ ਟੈਂਕਰ ਪਹੁੰਚਾ ਦਿੱਤੇ ਗਏ ਨੇ। ਤਾਂ ਵੱਡੀ ਖਬਰ ਹੈ, ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਪੈਟਰੋਲ ਦੀ ਕਿੱਲਤ ਹੋ ਗਈ ਹੈ, ਡੀਜ਼ਲ ਦੀ ਕਿੱਲਤ ਹੋ ਗਈ ਹੈ, ਲੋਕ ਆਪਣੇ ਸਾਰੇ ਕੰਮ ਕਾਰ ਛੱਡ ਕੇ ਪੈਟਰੋਲ ਪੰਪਾਂ ਦੀ ਲਾਈਨ 'ਚ ਲੱਗੇ ਹੋਏ ਨੇ। ਇਸ ਦੇ ਵਿੱਚ ਹੁਣ ਪੰਜਾਬ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪੰਜਾਬ ਸਰਕਾਰ ਦੇ ਕੋਲ ਫੁੱਲ ਸਟਾਕ ਪਿਆ ਹੈ ਪੈਟਰੋਲ ਅਤੇ ਡੀਜ਼ਲ ਦਾ। ਹੌਲੀ ਹੌਲੀ ਕਰਕੇ ਹਰੇਕ ਪੈਟਰੋਲ ਪੰਪ 'ਤੇ ਤੇਲ ਦੀਆਂ ਗੱਡੀਆਂ ਪਹੁੰਚਾਈਆਂ ਜਾਣਗੀਆਂ, ਟੈਂਕਰ ਪਹੁੰਚਾਏ ਜਾਣਗੇ ਜਿਹੜੇ ਸਰਕਾਰੀ ਟੈਂਕਰ ਨੇ। ਤਾਂ ਲੋਕਾਂ ਦੇ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ। ਤਾਂ ਹਿਟ ਐਂਡ ਰਨ ਕਾਨੂੰਨ ਖਿਲਾਫ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ, ਟਰੱਕ ਬੱਸ ਡਰਾਈਵਰਾਂ ਦੀ ਹੜਤਾਲ ਜਾਰੀ ਹੈ। ਇਸ ਨੂੰ ਲੈ ਕੇ ਪੂਰੇ ਦੇਸ਼ ਅਤੇ ਸੂਬੇ ਦੇ ਵਿੱਚ ਯਾਨੀ ਕਿ ਪੰਜਾਬ ਦੇ ਵਿੱਚ ਪੈਟਰੋਲ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਕਈ ਪੈਟਰੋਲ ਪੰਪਾਂ 'ਤੇ ਪੈਟਰੋਲ ਮੁੱਕ ਚੁੱਕਾ ਹੈ, ਲੋਕਾਂ ਦੀ ਭੀੜ ਲੱਗੀ ਹੋਈ ਹੈ, ਕਈ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਤਾਂ ਇਸੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਹਾਲੇ ਵੀ ਫੁੱਲ ਹੈ। ਤਾਂ ਰਾਹਤ ਭਰੀ ਖਬਰ ਹੈ।